ਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਟਰੀਆ ਵਿੱਚ ਹਾਂ ਜੀ। ਇੱਥੋਂ ਆਹ ਕੰਪਨੀ 'ਚੋਂ ਆਪਾਂ ਗੱਡੀ ਲੋਡ ਕਰਾਉਣੀ ਆ ਅਤੇ ਇਟਲੀ ਲੈ ਕੇ ਜਾਣੀ ਆ। ਪਹਾੜਾਂ ਦੇ ਇੱਕ ਪਿੰਡਾਂ ਦੇ ਵਿੱਚ ਇਹ ਕੰਪਨੀ ਆ ਅਤੇ ਇੱਧਰ ਬੋਰੇ ਪਏ ਆ ਲੋਡ, ਉਹ ਕਰਾਉਣੇ ਆ ਅਤੇ ਉਸ ਤੋਂ ਬਾਅਦ ਆਪਾਂ ਇੱਥੋਂ ਪਾਵਾਂਗੇ ਚਾਲੇ ਗੱਡੀ। ਅਤੇ ਤਰਪਾਲ ਦਿੱਤੀ ਆਪਾਂ ਖੋਲ, ਸਾਈਡ ਕਟਰ ਕਹਿੰਦੇ ਆ ਇਹਨੂੰ, ਅਤੇ ਖੋਲ ਕੇ ਬਸ ਹੁਣ ਵੇਟਿੰਗ ਕਰਦੇ ਹਾਂ ਉਹਦੀ, ਲੋਡਿੰਗ ਦੀ। ਬਾਅਦ 'ਚੋਂ ਰੱਖੂਗਾ ਬੋਰੇ, ਪਾਇਲਟ ਲੋਡ ਹੋਣਗੇ, ਫਿਰ ਇੱਥੋਂ ਚਾਲੇ ਪਾਵਾਂਗੇ ਆਪਾਂ ਅੱਗੇ ਨੂੰ। ਜਾਣਾ ਹੈਗਾ ਆਪਾਂ ਇਟਲੀ, ਇੱਥੋਂ ਆਪਾਂ ਲੋਡ ਕਰਾ ਕੇ ਇਟਲੀ ਜਾਣਾ। ਠੀਕ ਹੈ ਜੀ, ਅਤੇ ਇਹ ਹੈਗੀ ਕੰਪਨੀ ਪਹਾੜਾਂ 'ਚ। ਲਓ ਜੀ ਗੱਡੀ ਹੋ ਗਈ ਆਪਣੀ ਲੋਡ, ਬੈਲਟਾਂ ਦਿੱਤੀਆਂ ਮਾਰ, ਸਾਈਡ ਬਾਰ ਪਾਤੇ ਆ, ਅਤੇ ਇੱਥੋਂ ਹੁਣ ਨਿਕਲਦੇ ਹਾਂ ਆਪਾਂ ਪੇਪਰ ਲੈ ਕੇ। 83 ਮਿਸਕਾ ਪਹਾੜਾਂ ਦੇ ਵਿੱਚ ਬੜਾ ਘੈਂਟ ਵਿਊ ਆ ਇੱਧਰ, ਬਿਲਕੁਲ ਪਿੰਡਾਂ 'ਚ ਆ ਕੇ। ਅਤੇ ਚੱਲਦੇ ਹਾਂ ਹੁਣ। ਹਾਂਜੀ, ਆਪਾਂ ਕਰਾ ਕੇ ਆਸਟਰੀਆ ਤੋਂ ਲੋਡ ਅਤੇ ਨਿਕਲੇ ਹਾਂ। ਆ ਦੇਖੋ ਤੁਸੀਂ ਵਿਊ ਪਿੰਡਾਂ ਦਾ। ਅਤੇ ਬਾਕੀ ਮੈਂ ਕਿਹਾ ਪਹਿਲਾਂ ਫਾਸਟ ਕਿਉਂ ਕਰਨੀ ਆ ਵੀਡੀਓ, ਤਾਂ ਕਿ ਵਿਊ ਬੜਾ ਘੈਂਟ ਆ ਇੱਧਰ ਨੂੰ। ਆਸਟਰੀਆ ਦੇ ਬਾਰੇ ਕਰਦੇ ਹਾਂ ਥੋੜ੍ਹੀ ਬਹੁਤੀ ਗੱਲ। ਆਸਟਰੀਆ ਇੱਕ ਜੀ ਦੇਸ਼ ਸੈਂਟਰ 'ਚ ਹੀ ਪੈਂਦਾ, ਇਹਨੂੰ 6-7 ਦੇਸ਼ਾਂ ਦਾ ਬਾਰਡਰ ਲੱਗਦਾ, ਜਿਵੇਂ ਸਲਵਾਕੀਆ, ਸਲਵੇਨੀਆ, ਹੰਗਰੀ, ਜਰਮਨੀ, ਰਿਚਕ ਪਬਲਿਕ, ਇੱਦਾਂ ਦੇ ਦੇਸ਼ਾਂ ਦਾ ਇਹਨੂੰ ਬਾਰਡਰ ਲੱਗਦਾ ਵਾ। ਬਹੁਤ ਹੀ ਜ਼ਿਆਦਾ ਸੋਹਣਾ ਦੇਸ਼ ਆ, ਮੈਨੂੰ ਤਾਂ ਇਹ ਲੱਗਦਾ ਸਵਿਟਜ਼ਰਲੈਂਡ ਨੂੰ ਇਹ ਦੇਸ਼ ਮਾਤ ਪਾਉਂਦਾ। ਸਵਿਟਜ਼ਰਲੈਂਡ ਦਾ ਥੋੜ੍ਹਾ ਜਿਹਾ ਵੱਧ ਨਾ ਹੋਇਆ ਅਤੇ ਚੱਲਦਾ ਨਾਲ ਨਾਲ, ਅਤੇ ਯਾਨੀ ਕਿ ਬਹੁਤ ਵਧੀਆ ਦੇਸ਼ ਆ। ਰੂਲ ਇੱਥੇ ਦੇ ਬੜੇ ਵਧੀਆ ਨੇ, ਜਿੰਨੇ ਦੀ ਸਪੀਡ ਆ ਉਨੇ 'ਤੇ ਗੱਡੀ ਚਲਾਓ, ਬਾਕੀ ਕੋਈ ਓਵਰ ਸਪੀਡ ਨਹੀਂ, ਅਤੇ ਸੇਫਟੀ ਬਹੁਤ ਆ। 5 ਸਾਲਾਂ 'ਚ 0 ਕ੍ਰਾਈਮ ਦੇਸ਼ ਵਿੱਚ ਇਹਦਾ ਨਾਂ ਆ। ਅਤੇ ਹਰੇਕ ਪਿੰਡ ਸ਼ਹਿਰ 'ਚ ਵੜਨ ਲੱਗੇ, ਨਿਕਲਣ ਲੱਗੇ ਕੈਮਰੇ ਲੱਗੇ ਹੋਏ ਨੇ। ਠੀਕ ਹੈ ਜੀ, ਅਤੇ ਬਾਕੀ ਰੈੱਡ ਬੁੱਲ ਦੀ ਨਿਰਮਾਤਾ ਧਰਤੀ ਇਹੀ ਆ, ਰੈੱਡ ਬੁੱਲ ਆਸਟਰੀਆ ਨੇ ਬਣਾਇਆ ਸੀ ਅਤੇ ਉੱਥੇ ਆਏ ਹਾਂ। ਬਾਕੀ ਇਹ ਮੁਲਕ ਤਕਰੀਬਨ ਵੀ ਸਾਰਾ ਸਾਲ ਠੰਡਾ ਹੀ ਰਹਿੰਦਾ, ਅਤੇ ਇਸ ਟਾਈਮ ਜਿਵੇਂ ਇਟਲੀ 'ਚ ਗਰਮੀ ਆ, ਅਤੇ ਬਟ ਇੱਥੇ ਸਾਨੂੰ ਥੋੜ੍ਹੀਆਂ ਕੋਟੀਆਂ ਜਾਂ ਕੋਟ ਲੈਣੇ ਪਏ, ਕੰਬਲ ਕੱਢਣੇ ਪਏ, ਬਹੁਤ ਠੰਡ ਸੀ ਉਰੇ, ਗੱਡੀ 'ਚ ਵੀ ਹੀਟਰ ਚਲਾਉਣਾ ਪਿਆ। ਬਹੁਤ ਠੰਡਾ ਮੁਲਕ ਆ ਜੀ, ਅਤੇ ਸਫਾਈ ਦੇ ਮਾਮਲੇ 'ਚ ਇੱਕ ਨੰਬਰ ਆ, ਕਿਤੇ ਤੁਹਾਨੂੰ ਕੋਈ ਗੰਦਗੀ ਨਹੀਂ ਦਿਖੂ। ਪਾਰਕਿੰਗਾਂ ਨੇ ਸਸਤੀਆਂ ਨੇ ਕੰਪੈਰੀਜ਼ਨ ਟੂ ਅਦਰ ਕੰਟਰੀ, ਵੀ ਸਫਾਈ ਬਹੁਤ ਆ, ਲਾਈਟਾਂ ਲੱਗੀਆਂ ਪਾਰਕਿੰਗ 'ਚ, ਕੈਮਰੇ ਲੱਗੇ ਆ ਪਾਰਕਿੰਗ ਦੇ ਵਿੱਚ, ਜਾਣੀ ਕਿ ਬਹੁਤ ਘੈਂਟ ਚੀਜ਼ ਆ ਹਰ ਇੱਕ ਪੱਖੋਂ। ਆਸਟਰੀਆ ਦੇਸ਼ ਬਹੁਤ ਵਧੀਆ, ਅਤੇ ਆਪਣੇ ਪੰਜਾਬੀ ਲੋਕ ਬਹੁਤ ਨੇ, ਗੁਰੂ ਘਰ ਇੱਥੇ ਬਹੁਤ ਬਣੇ ਹੋਏ ਨੇ, ਅਤੇ ਇੰਡੀਅਨ ਕਮਿਊਨਿਟੀ ਬਹੁਤ ਆ ਉਰੇ ਵੀ। ਉਰੇ ਵੀ ਬਹੁਤ ਵਰਕ ਕਰਦੇ ਨੇ, ਇਟਲੀ ਦੇ ਨਾਲ ਲੱਗਦਾ ਦੇਸ਼ ਕਰਕੇ ਇਟਲੀ ਤੋਂ ਬੜੇ ਵਸਨੀਕ ਇੱਥੇ ਆ ਕੇ ਵਸੇ ਨੇ, ਜਿਨ੍ਹਾਂ ਦਾ ਇਟਲੀ 'ਚ ਕੰਮ ਨਹੀਂ ਬਣਿਆ ਜਾਂ ਕਿਵੇਂ ਵੀ ਆ, ਪਰ ਕੰਮ ਤਾਂ ਚਲੋ ਹੌਲੀ ਹੌਲੀ ਇੱਥੇ ਵੀ ਟਾਈਮ ਲੱਗਦਾ, ਪਰ ਦੇਸ਼ ਵਿੱਚ ਸਹੂਲਤਾਂ ਤਨਖਾਹ ਪੱਖੋਂ ਬਹੁਤ ਵਧੀਆ ਉਰੇ, ਡਰਾਈਵਰੀ 'ਚ ਤਨਖਾਹ ਵੀ ਵਧੀਆ, ਅਤੇ ਪਰ ਵੀਜ਼ਾ ਇਹ ਥੋੜ੍ਹਾ ਜਿਹਾ ਮੁਸ਼ਕਲ ਨਾਲ ਦਿੰਦੇ ਆ, ਤਾਂ ਕਰਕੇ ਆਸਟਰੀਆ ਦੀਆਂ ਦੇਸ਼ ਦੀਆਂ ਕੰਪਨੀਆਂ ਨੇ ਵੀ ਲਥੂਨੀਆ, ਸਲਵਾਕੀਆ, ਹੰਗਰੀ ਵਿੱਚ ਆਪਦੀਆਂ ਕੰਪਨੀਆਂ ਖੋਲ੍ਹੀਆਂ, ਕਿਉਂਕਿ ਉਹ ਦੇਸ਼ ਈਜ਼ੀਲੀ ਵੀਜ਼ਾ ਦੇ ਦਿੰਦੇ ਆ। ਬਾਕੀ ਚਲੋ ਆ ਵਿਊ ਦੇਖੋ ਕਿੱਦਾਂ ਲੱਗਦਾ ਤੁਹਾਨੂੰ, ਪਿੰਡਾਂ ਦਾ ਮਾਹੌਲ ਆ ਸਾਰਾ, ਆ ਨਾਲ ਟਰੈਕ ਬਣਾਇਆ ਹੋਇਆ ਵਾ ਸਾਈਕਲਿੰਗ ਲਈ, ਪੱਕਾ ਇੱਕ ਬਣਿਆ ਹੁੰਦਾ। ਠੀਕ ਹੈ ਜੀ, ਬਾਕੀ ਕਿਵੇਂ ਲੱਗਦਾ ਤੁਹਾਨੂੰ ਵਿਊ ਉਹ ਜ਼ਰੂਰ ਦੱਸਿਓ। ਅਤੇ ਇੱਥੋਂ ਨਿਕਲੇ ਹਾਂ, ਬਾਕੀ ਐਕਸਲਾਂ 'ਤੇ ਵੇਟ ਉਹ ਤੁਹਾਨੂੰ ਪਹਿਲਾਂ ਹੀ ਚੀਜ਼ਾਂ ਬਹੁਤ ਹੀ ਦੱਸੀਆਂ ਹੋਈਆਂ। ਮੈਂ ਕਿਹਾ ਚਲੋ ਇਹ ਬਲੌਗ ਬਣਾਈਏ, ਪਿੰਡਾਂ 'ਚ ਲੋਡ ਕਰਾਇਆ ਸੀਗਾ, ਪਿੰਡਾਂ 'ਚ ਕੰਪਨੀਆਂ ਨੇ, ਜਿੱਥੇ ਕੰਪਨੀ ਦਾ ਜਿਵੇਂ ਕਿਸੇ ਪਿੰਡ ਦਾ ਲੋਟ ਆਉਂਦਾ ਸੀ ਉੱਥੇ ਕੰਪਨੀਆਂ ਖੁੱਲ੍ਹ ਗਈਆਂ, ਉੱਥੇ ਹੀ ਲੋਡਿੰਗ ਸਟਾਰਟ ਆ। ਬਾਕੀ ਮਾਰਕੀਟ ਤਕਰੀਬਨ ਹਰ ਇੱਕ ਪਿੰਡ ਦੇ ਨੇੜੇ ਤੇੜੇ ਮਾਰਕੀਟ ਜ਼ਰੂਰ ਮਿਲਦੀ ਆ। ਹੋਰ ਦੱਸੋ ਬਾਕੀ ਕਿਵੇਂ ਲੱਗਦੀ ਆ ਵੀਡੀਓ।
हाँ जी, आपां पहुंच गए पंप ते। ऑस्ट्रिया दा पंप आ, बड़े बंदे इत्थे रुकदे आ, बड़ा पंप आ ते रोटी बनाउने आ इत्थे। बस इदां 45 मिंट 40 मिंट जिन्ना टाइम डबल क्रू च रुकदे हुन्ने आ ते रोटी बना के खाई ली दी आ। आ भी एक कंपनी आ, इत्थे भी पाओ ही मिलना, इंटरे की है ट्रांस, वधिया इत्थे भी ड्राइवर रखदे आ। इतने हम रोटी बना के खावे पहाड़ा च, उस तो बाद अगे तुरे इतने लाने अद्धा घंटा पौना घंटा रोटी खा के बना के भांडे धो के चलेंगे। लो जी, आ पे अपना सिलंडर ते गुन रहा आटा, बनाने रोटी। आ पे कुकर, रोटी बना के करते हैं, रोटी पानी तैयार ते फिर तुरते हैं अगे। ਜੇ ਅਸੀਂ ਇਟਲੀ ਦੇ ਬਾਰਡਰ ਤੇ ਆ ਗਏ ਤੇ ਇੱਥੇ ਆਪਾਂ ਕਰਾਂਗੇ ਬਿਗਨ ਕੰਟਰੀ ਇਟਲੀ ਦੀ ਤੇ ਆ ਆਈ ਲਿਖਤੀ ਐਂਟਰੀ ਹੋ ਗਈ ਸਟੋਰੇਜ ਤੇ ਹੁਣ ਪਿੱਛੇ ਡਰਾਈਵਰ ਟੂ ਐਂਟਰੀ ਬਿਗਨ ਕੰਟਰੀ ਇਟਲੀ ਓਕੇ ਇਹ ਆਪਣੀ ਐਂਟਰੀ ਹੋ ਗਈ ਸਟੋਰੇਜ ਜੀ ਹੁਣ ਆਪਾਂ ਪਾਵਾਂਗੇ ਅੱਗੇ ਚੱਲੇ ਇਹ ਹੈਗਾ ਇਟਲੀ ਦਾ ਬਾਰਡਰ A2 ਨੰਬਰ ਤੇ ਜਿਹੜਾ ਇੱਕ BP 3 ਵਾਲਾ ਇੱਕ ਇੱਧਰੋਂ ਵੀ ਹੈ ਜੀ ਬਸ ਹੁਣ ਆਪਾਂ ਨਿਕਲਦੇ ਹਾਂ ਆਹ ਗੱਡੀਆਂ ਖੜੀਆਂ ਜੀ ਬਾਰਡਰ ਤੇ ਤਕਰੀਬਨ ਕੋਈ ਬਿਗਨ ਕੰਟਰੀ ਖਾਣ ਦੀ ਜਾਂ ਕੋਈ 45 ਮਿੰਟ ਦੀ ਰੈਸਟ ਲਈ ਇੱਦਾਂ ਖੜੇ ਆ ਸਾਰੇ ਬਸ ਹੁਣ ਆਪਾਂ ਇੱਥੋਂ ਸਿੱਧਾ ਪੈ ਗਏ ਹਾਂ ਬਾਰਡਰ ਦੇ ਨੂੰ ਗਾ ਇਟਲੀ ਆ ਉੱਧਰ ਵੀ ਗੱਡੀਆਂ ਖੜੀਆਂ ਰੈਸਟ ਰੁਸਟ ਲਈ ਤੇ ਇੱਧਰੀ ਸਾਈਡ ਵੀ ਆ ਗੱਡੀਆਂ ਖੜੀਆਂ ਰੈਸਟ ਲਈ ਤਕਰੀਬਨ ਸਿੰਗਲ ਡਰਾਈਵਰ 45 ਮਿੰਟ ਵਾਲੀ ਖੜ ਜਾਂਦਾ ਇੱਥੇ ਜਗ੍ਹਾ ਮਿਲ ਜਾਂਦੀ ਹੈ ਨਾ ਜੀ ਤੇ ਹੁਣ ਆਪਾਂ ਬਸ ਇਟਲੀ 'ਚ ਹੋ ਗਏ ਐਂਟਰ ਇੱਦਾਂ ਦੇ ਬਾਰਡਰ ਹੁੰਦੇ ਆ ਇੱਥੇ ਨੋਰਮਲ ਕੋਈ ਜ਼ਿਆਦਾ ਚੈਕਿੰਗ ਵਾਲੇ ਨਹੀਂ ਹੁੰਦੇ ਇੱਕ ਬਸ ਜ਼ਿਆਦਾ ਚੈਕਿੰਗ ਵਾਲੇ ਬਾਰਡਰ ਆ ਜਦੋਂ ਆਪਾਂ ਜਰਮਨੀ ਐਂਟਰ ਕਰਨਾ ਅਦਰਵਾਈਜ਼ ਬਾਕੀ ਸਾਰੇ ਨੋਰਮਲ ਹੀ ਆ ਅਤੇ ਸਵਿਟਜ਼ਰਲੈਂਡ ਤਾਂ ਚਲੋ ਆਪਾਂ ਉੱਥੇ ਤਾਂ ਆਪਣਾ ਕਰਾਉਣਾ ਹੀ ਹੁੰਦਾ ਨਾ ਡਿਕਲਾਰੇਸ਼ਨ ਪੇਪਰ ਜਾਂ ਕਿਉਂਕਿ ਉਹ ਸਨਗਨ ਕੰਟਰੀ ਆ ਬਟ ਯੂਰਪੀਅਨ ਯੂਨੀਅਨ 'ਚ ਨਹੀਂ ਆਉਂਦੀ ਅਤੇ ਹੁਣ ਬਸ ਪੈ ਗਏ ਹਾਂ ਰੋਡ 'ਤੇ ਹਾਂਜੀ बस रात एंड कंट्री करके सौ गए तो हूँ उठे सवेरे चाह धरी आ सजरी सवेर आ बिगन कंट्री करती है
ਅਤੇ ਦੇਖਿਆ ਜੀ ਤੁਸੀਂ ਬਿਗਨ ਕੰਟਰੀ ਕਿਵੇਂ ਕਰਨੀ ਹੁੰਦੀ ਹੈ ਪਤਾ ਹੀ ਹੈ ਵੀਰਾਂ ਨੂੰ। ਬਸ ਹੁਣ ਪੰਪ 'ਤੇ ਖੜ੍ਹੇ ਸੀਗੇ ਰਾਤ, ਇੱਥੋਂ ਹੁਣ ਚੱਲਦੇ ਹਾਂ, ਕੰਪਨੀ ਹੈਗੀ 200-300 ਕਿਲੋਮੀਟਰ 'ਤੇ, ਚਾਹ ਪੀ ਕੇ ਉੱਥੇ ਜਾ ਕੇ ਰੁਕਦੇ ਹਾਂ। ਹਾਂਜੀ ਪਹੁੰਚ ਗਏ ਹਾਂ ਕੰਪਨੀ 'ਚ, ਅਤੇ ਆ ਪਹਿਲਾਂ ਮੱਕੀ ਆਈ ਹੋਈ ਆ ਕਿਸੇ ਦੀ, ਉੱਪਰੋਂ ਸੈਂਪਲ ਲਾਇ ਲਈ ਆ ਮਸ਼ੀਨ, ਸੈਂਪਲਾਂ ਨਾਲ ਉਹਨੇ ਟੈਸਟ ਕਰ ਦੇਣੇ, ਅਤੇ ਬਸ ਹੁਣ ਇੱਥੇ ਖਾਲੀ ਕਰਾਉਂਦੇ ਹਾਂ ਅਤੇ ਇੱਥੇ ਕਰਾਂਗੇ ਬਲੌਗ ਦਾ ਐਂਡ। ਅਤੇ ਹਾਂਜੀ ਤਰਪਾਲ ਖੋਲਤੀ ਜੀ, ਅਤੇ ਸਾਈਡ ਵਾਰ ਕੱਢ ਕੇ ਇੱਥੇ ਕਰਾਵਾਂਗੇ ਖਾਲੀ ਫੋਰਕਲਿਫਟ ਰਾਹੀਂ, ਅਤੇ ਇੱਥੇ ਕਰਾਂਗੇ ਬਲੌਗ ਦਾ ਐਂਡ। ਕਿਵੇਂ ਲੱਗਿਆ ਬਲੌਗ ਇਹ ਤੁਸੀਂ ਦੱਸਿਓ ਜ਼ਰੂਰ, ਅਤੇ ਕਮੈਂਟ ਜ਼ਰੂਰ ਕਰਿਓ। ਆਹ ਖੜ੍ਹਾ ਫੋਰਕਲਿਫਟ ਵਾਲਾ, ਬਸ ਇੱਥੇ ਖਾਲੀ ਕਰਾ ਕੇ ਫਿਰ ਗੱਡੀ ਪਾਰਕਿੰਗ ਦੇ ਵਿੱਚ ਲਾ ਦੇਣੀ ਆ। ਮੈਨੇਜਰ ਦੱਸੂਗਾ ਵੀ ਕਿੱਥੋਂ ਲੋਡ ਕਰਨੀ ਆ, ਕੰਮ ਹੈਗਾ ਜਾਂ ਨਹੀਂ ਹੈਗਾ, ਜਦ ਤੱਕ ਪਾਰਕਿੰਗ ਹੈਗੀ ਆ ਕੰਪਨੀ 'ਚ ਇੱਥੇ ਜਗ੍ਹਾ ਵਧੀਆ, ਅਤੇ ਇੱਥੇ ਹੀ ਆਪਾਂ ਪਾਰਕਿੰਗ ਗੱਡੀ ਲਾ ਕੇ ਰੁਕ ਜਾਣਾ। ਕੰਪਨੀ ਦੇ ਬਾਹਰ ਪਾਰਕਿੰਗ ਵਧੀਆ ਵਾ। ਬਸ ਹੁਣ ਆਪਾਂ ਗੱਡੀ ਕਰਾਉਂਦੇ ਹਾਂ ਅਤੇ ਕਰਦੇ ਹਾਂ ਬਲੌਗ ਦਾ ਐਂਡ। ਕਿਵੇਂ ਲੱਗੀ ਵੀਡੀਓ ਦੱਸਿਓ ਜ਼ਰੂਰ।